ਫਿਰੋਜ਼ਪੁਰ 'ਚ ਹੋਇਆ ਵੱਡਾ ਕਾਂਡ। ਚੈਨਖਿੱਚ ਸੜਕ ਤੇ ਸੁੱਟੀ ਬੇਬੇ, ਬਜ਼ੁਰਗ ਦੇ ਲੱਗੀ ਜ਼ਬਰਦਸਤ ਸੱਟ। ਪੂਰੀ ਘਟਨਾ ਦੀ ਸੀਸੀਟੀਵੀ ਆਈ ਸਾਹਮਣੇ। ਸ਼ਰੇਆਮ ਕਾਲੇ ਰੰਗ ਦੀ ਸਕੂਟਰੀ ਤੇ ਭੱਜੇ ਲੁਟੇਰੇ। ਵੀਡੀਓ ਦੇਖਣ ਵਾਲਿਆਂ ਦੇ ਉੜੇ ਹੋਸ਼ ਜੀ। ਬਿਲਕੁਲ, ਇਸ ਘਟਨਾ ਨੂੰ ਵੇਖ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਕਿਵੇਂ ਲੁਟੇਰਿਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਕ ਬਜ਼ੁਰਗ ਬੇਬੇ ਚਿੱਟੇ ਰੰਗ ਦੀ ਸਵਿਫਟ ਗੱਡੀ ਦੇ ਕੋਲ ਖੜੀ ਹੁੰਦੀ ਹੈ ਤੇ ਆਪਣੀ ਗੱਡੀ ਦੇ ਵਿੱਚ ਆਪਣਾ ਸਮਾਨ ਰੱਖ ਰਹੀ ਹੁੰਦੀ ਹੈ। ਉਸ ਵੇਲੇ ਕਾਲੇ ਰੰਗ ਦੀ ਸਕੂਟਰੀ ਤੇ ਸਵਾਰ ਦੋ ਲੁਟੇਰੇ ਆਉਂਦੇ ਨੇ ਤੇ ਬਾਹਰ ਖੜੀ ਬੇਬੇ ਦੇ ਗਲ ਦੀ ਚੈਨ ਨੂੰ ਹੱਥ ਪਾਉਂਦੇ ਨੇ ਤੇ ਇਹਨਾਂ ਨੂੰ ਚੁੰਨੀ ਉਹਨਾਂ ਦੇ ਹੱਥ ਦੇ ਵਿੱਚ ਆ ਜਾਂਦੀ ਹੈ ਤੇ ਚੈਨ ਵੀ ਉਹਨਾਂ ਦੇ ਵੱਲੋਂ ਖਿੱਚੀ ਜਾਂਦੀ ਆ ਤੇ ਬੇਬੇ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਥੱਲੇ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਬੇਬੇ ਦੇ ਜ਼ਬਰਦਸਤ ਸੱਟ ਵੀ ਲੱਗੀ ਹੋਣੀ ਆ। ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਆ। ਇਸ ਪੂਰੀ ਸੀਸੀਟੀਵੀ ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਹ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ, ਜਿਨ੍ਹਾਂ ਨੇ ਸ਼ਰੇਆਮ ਇਸ ਬੇਬੇ ਨੂੰ ਧੱਕਾ ਮਾਰ ਥੱਲੇ ਸੁੱਟ ਦਿੱਤਾ। ਫਿਰ ਉਸ ਤੋਂ ਬਾਅਦ ਇਹ ਲੁਟੇਰੇ ਸ਼ਰੇਆਮ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਕਾਫੀ ਦੂਰ ਤੱਕ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਬੇਬੇ ਦੀ ਚੁੰਨੀ ਜਿਹੜੀ ਹੱਥ ਦੇ ਵਿੱਚ ਹੁੰਦੀ ਆ ਉਸ ਨੂੰ ਨਹੀਂ ਸੁੱਟਿਆ ਗਿਆ। ਮਤਲਬ ਕਿ ਇਹਨਾਂ ਲੁਟੇਰਿਆਂ ਨੂੰ ਨਾ ਤਾਂ ਪੁਲਿਸ ਦਾ ਖੌਫ ਹੈ ਤੇ ਨਾ ਹੀ ਕਿਸੇ ਦਾ ਡਰ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਥੋੜੀ ਦੂਰ ਤੱਕ ਇੱਕ ਹੋਰ ਗੱਡੀ ਖੜੀ ਹੁੰਦੀ ਆ। ਉਸ ਗੱਡੀ ਦੇ ਵੱਲੋਂ ਇਹਨਾਂ ਲੁਟੇਰਿਆਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਉਸ ਗੱਡੀ ਦੇ ਵਿੱਚ ਇੱਕ ਲੇਡੀ ਬੈਠੀ ਹੁੰਦੀ ਆ। ਉਸਦੇ ਵੱਲੋਂ ਇਹਨਾਂ ਦੀ ਮਦਦ ਲਈ, ਇਸ ਬੇਬੇ ਦੀ ਮਦਦ ਲਈ ਦੌੜ ਕੇ ਉਹ ਲੇਡੀ ਆਉਂਦੀ ਆ ਤੇ ਗੱਡੀ ਜਿਹੜੀ ਸੀਗੀ ਉਹ ਇਹਨਾਂ ਲੁਟੇਰਿਆਂ ਦਾ ਪਿੱਛਾ ਵੀ ਕਰਦੀ ਆ। ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਇਹਨਾਂ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ ਕਿ ਇਹਨਾਂ ਨੇ ਸ਼ਰੇਆਮ ਇਸ ਬੇਬੇ ਤੇ ਹਮਲਾ ਕਰ ਦਿੱਤਾ ਜੀ। ਬਿਲਕੁਲ, ਇਸ ਘਟਨਾ ਨੂੰ ਵੇਖ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਕਿਵੇਂ ਲੁਟੇਰਿਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਕ ਬਜ਼ੁਰਗ ਬੇਬੇ ਚਿੱਟੇ ਰੰਗ ਦੀ ਸਵਿਫਟ ਗੱਡੀ ਦੇ ਕੋਲ ਖੜੀ ਹੁੰਦੀ ਹੈ ਤੇ ਆਪਣੀ ਗੱਡੀ ਦੇ ਵਿੱਚ ਆਪਣਾ ਸਮਾਨ ਰੱਖ ਰਹੀ ਹੁੰਦੀ ਹੈ। ਉਸ ਵੇਲੇ ਕਾਲੇ ਰੰਗ ਦੀ ਸਕੂਟਰੀ ਤੇ ਸਵਾਰ ਦੋ ਲੁਟੇਰੇ ਆਉਂਦੇ ਨੇ ਤੇ ਬਾਹਰ ਖੜੀ ਬੇਬੇ ਦੇ ਗਲ ਦੀ ਚੈਨ ਨੂੰ ਹੱਥ ਪਾਉਂਦੇ ਨੇ ਤੇ ਇਹਨਾਂ ਨੂੰ ਚੁੰਨੀ ਉਹਨਾਂ ਦੇ ਹੱਥ ਦੇ ਵਿੱਚ ਆ ਜਾਂਦੀ ਆ ਤੇ ਚੈਨ ਵੀ ਉਹਨਾਂ ਦੇ ਵੱਲੋਂ ਖਿੱਚੀ ਜਾਂਦੀ ਆ ਤੇ ਬੇਬੇ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਥੱਲੇ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਬੇਬੇ ਦੇ ਜ਼ਬਰਦਸਤ ਸੱਟ ਵੀ ਲੱਗੀ ਹੋਣੀ ਆ। ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਆ। ਇਸ ਪੂਰੀ ਸੀਸੀਟੀਵੀ ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਹ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ, ਜਿਨ੍ਹਾਂ ਨੇ ਸ਼ਰੇਆਮ ਇਸ ਬੇਬੇ ਨੂੰ ਧੱਕਾ ਮਾਰ ਥੱਲੇ ਸੁੱਟ ਦਿੱਤਾ। ਫਿਰ ਉਸ ਤੋਂ ਬਾਅਦ ਇਹ ਲੁਟੇਰੇ ਸ਼ਰੇਆਮ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਕਾਫੀ ਦੂਰ ਤੱਕ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਬੇਬੇ ਦੀ ਚੁੰਨੀ ਜਿਹੜੀ ਹੱਥ ਦੇ ਵਿੱਚ ਹੁੰਦੀ ਆ ਉਸ ਨੂੰ ਨਹੀਂ ਸੁੱਟਿਆ ਗਿਆ। ਮਤਲਬ ਕਿ ਇਹਨਾਂ ਲੁਟੇਰਿਆਂ ਨੂੰ ਨਾ ਤਾਂ ਪੁਲਿਸ ਦਾ ਖੌਫ ਹੈ ਤੇ ਨਾ ਹੀ ਕਿਸੇ ਦਾ ਡਰ ਹੈ।
ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਥੋੜ੍ਹੀ ਦੂਰ ਤੱਕ ਇੱਕ ਹੋਰ ਗੱਡੀ ਖੜ੍ਹੀ ਹੁੰਦੀ ਆ। ਉਸ ਗੱਡੀ ਦੇ ਵੱਲੋਂ ਇਹਨਾਂ ਲੁਟੇਰਿਆਂ ਦਾ ਪਿੱਛਾ ਕੀਤਾ ਜਾਂਦਾ ਹੈ ਅਤੇ ਉਸ ਗੱਡੀ ਦੇ ਵਿੱਚ ਇੱਕ ਲੇਡੀ ਬੈਠੀ ਹੁੰਦੀ ਆ। ਉਸਦੇ ਵੱਲੋਂ ਇਹਨਾਂ ਦੀ ਮਦਦ ਲਈ, ਇਸ ਬੇਬੇ ਦੀ ਮਦਦ ਲਈ ਦੌੜ ਕੇ ਉਹ ਲੇਡੀ ਆਉਂਦੀ ਆ ਅਤੇ ਗੱਡੀ ਜਿਹੜੀ ਸੀਗੀ ਉਹ ਇਹਨਾਂ ਲੁਟੇਰਿਆਂ ਦਾ ਪਿੱਛਾ ਵੀ ਕਰਦੀ ਆ। ਤੁਸੀਂ ਸਾਫ ਵੇਖ ਸਕਦੇ ਹੋ ਕਿ ਇਹਨਾਂ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ ਕਿ ਇਹਨਾਂ ਨੇ ਸ਼ਰੇਆਮ ਇਸ ਬੇਬੇ ਤੇ ਹਮਲਾ ਕਰ ਦਿੱਤਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।